ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ 'ਤੇ ਹਮਲੇ ਦੇ ਆਰੋਪ ਵਿੱਚ ਫੜੇ ਗਏ ਜਰਨੈਲ ਸਿੰਘ ਦੀ ਹਾਲਤ ਗੰਭੀਰ ਹੋਣ 'ਤੇ ਚੱਲਦੇ ਉਸ ਨੂੰ ਸਿਵਲ ਹਸਪਤਾਲ ਭਗਤਾ ਭਾਈਕਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਜਦ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਹਮੀਰਗੜ੍ਹ ਵਿੱਚ ਵਿਕਾਸ ਕਾਰਜਾਂ ਦੇ ਚੈੱਕ ਵੰਡਣ ਪੁੱਜੇ ਸਨ ਤਾਂ ਸਟੇਜ ਤੋਂ ਚੜ੍ਹਨ ਤੋਂ ਪਹਿਲੇ ਹੀ ਜਰਨੈਲ ਸਿੰਘ ਵੱਲੋਂ ਪੰਚਾਇਤ ਮੰਤਰੀ ਨੂੰ ਧੱਕਾ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਮਲੂਕਾ ਦੇ ਨਾਲ ਆਏ ਅਕਾਲੀ ਵਰਕਰਾਂ ਨੇ ਉਸਨੂੰ ਫੜ ਲਿਆ ਅਤੇ ਜ਼ਬਰਦਸਤ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਪਰ ਹਾਲਤ ਨਾਜ਼ੁਕ ਹੋਣ ਦੇ ਚੱਲਦੇ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਪਿੰਡ ਦੇ ਸਾਬਕਾ ਸਰਪੰਚ ਮੁਤਾਬਕ ਮੌਕੇ 'ਤੇ ਕੋਈ ਹਮਲਾ ਨਹੀਂ ਕੀਤਾ ਗਿਆ ਸੀ ਅਤੇ ਸਗੋਂ ਮਾਮੂਲੀ ਬਹਿਸ ਤੋਂ ਬਾਅਦ ਹੀ ਮੰਤਰੀ ਦੇ ਨਾਲ ਆਏ ਲੋਕਾਂ ਨੇ ਉਸ ਨੂੰ ਫੜ ਕੇ ਕੁੱਟਮਾਰ ਕੀਤੀ ਅਤੇ ਕੁੱਟਣ ਤੋਂ ਬਾਅਦ ਪੁਲਿਸ ਨੂੰ ਸੌਂਪ ਦਿੱਤਾ ਸੀ। ਕੀ ਗੱਲ ਕੀ ਹੋਈ ਜੀ? ਗੱਲ ਜਦੋਂ ਜ਼ਿਆਦਾ ਪੁਲਿਸ ਤੋਂ ਜਿਹੜੇ ਨਾਲ ਗੁੰਡੇ ਰੱਖੇ ਹੋਏ ਮਲੂਕਾ ਸਾਹਿਬ ਦੇ, ਨਹੀਂ ਕਿਸ ਗੱਲ ਤੋਂ ਇਹ ਹੋਇਆ ਪਤਾ ਨਹੀਂ, ਉੱਥੇ ਥੜੇ 'ਤੇ ਬੋਲਣ ਆਇਆ ਸੀ ਰੇਲੀਆਂ ਰੂਲੀਆਂ ਦੇ ਸੰਬੰਧ 'ਚ, ਉੱਥੇ ਕੋਈ ਤੁਹਾਨੂੰ ਮੈਂ ਦੇ ਵਿੱਚ ਪਤਾ ਨਹੀਂ ਕੀ ਉਹਨੂੰ ਕੁੱਟਣ ਕੱਟਣ ਲੱਗ ਗਏ। ਜੋ ਜ਼ਿਆਦਾ ਤਜਾਦਤ ਹੋ ਗਿਆ ਅਤੇ ਬੇਹੋਸ਼ੀ ਦੀ ਹਾਲਤ 'ਚ ਹੋ ਗਿਆ, ਫਿਰ ਸਾਨੂੰ 7-8 ਵਜੇ ਪਿੰਡੋਂ ਫੋਨ ਕਰਕੇ ਸਾਰਿਆਂ ਨੂੰ ਸੱਦਿਆ ਵੀ ਛੇਤੀ ਆਓ, ਮਤਲਬ ਵੀ ਗਾਂਹ ਲੈ ਕੇ ਚੱਲਣਾ ਇਹਨੂੰ। ਫਿਰ ਅਸੀਂ ਹਬੜ ਦਬੜੀ 'ਚ ਭੱਜ ਗਏ ਸਾਰੇ ਆਏ, 2-3 ਗੱਡੀਆਂ ਲੈ ਕੇ, ਫਿਰ ਆਉਂਦਿਆਂ ਨੂੰ ਸਾਡੇ ਐਂਬੂਲੈਂਸ 'ਚ ਪਾਈ ਬੈਠੇ ਸੀ ਪੁਲਿਸ ਵਾਲੇ, ਨਾਲ ਸਾਨੂੰ ਬੋਲ ਲਿਆ, ਫਟਾਫਟ ਚੱਕ ਕੇ ਇੱਥੇ ਲਿਆ ਕੇ ਐਮਰਜੈਂਸੀ ਦਾਖਲ। ਪਰ 2-3 ਘੰਟੇ ਦਾ ਇੱਥੇ ਪੂਰਾ ਹੀ ਡਾਕਟਰ ਸਾਹਿਬਾਂ ਨੇ ਆਪਦੀ ਸਾਰੀ ਵਾਹ ਜਵਾਨ ਲਾਈ, ਫਿਰ ਜਾ ਕੇ ਮਾੜੀ ਮੋਟੀ ਬੀਪੀ ਹਿਸਾਬ 'ਚ। ਫਰੀਦਕੋਟ ਤੋਂ ਨਰੇਸ਼ ਸੇਠੀ, ਖਬਰ ਹਰਪਲ, ਇੰਡੀਆ ਲਈ।